ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਇਹ ਜਿਹੜੇ ਨੋਟਸ ਨੇ ਹੈਂਡਮੇਡ ਨੋਟਸ ਨੇ ਇਹ ਤੇ 2016 ਤੋਂ ਬਾਅਦ ਜਿੰਨੇ ਵੀ ਪੰਜਾਬ ਵਿੱਚ ਗਵਰਨਮੈਂਟ ਐਗਜ਼ਾਮ ਹੋਏ ਨੇ ਉਸ ਵਿੱਚ ਜਿਹੜੀ ਵੀ ਇੰਗਲਿਸ਼ ਰਿਲੇਟਡ ਸਨੋਨੀਮ ਤੇ ਐਟੋਨੀਮਸ ਦੇ ਕੁਐਸਚਨ ਪੁੱਛੇ ਗਏ ਨੇ ਉਹਨਾਂ ਨਾਲ ਰਿਲੇਟ ਕਰਕੇ ਇਸ ਨੋਟਸ ਵਿੱਚ ਜਿਹੜੇ ਕੁਐਸਚਨ ਇਨਕਲੂਡ ਕੀਤੇ ਹੋਏ ਨੇ ਐਗਜ਼ਾਮ ਵਿੱਚ ਕਾਫੀ ਵਾਰ ਰਿਪੀਟ ਵੀ ਹੋ ਚੁੱਕੇ ਨੇ ਇਹ ਕੁਐਸਚਨ ਤੇ ਕਾਫੀ ਚਾਂਸ ਵੀ ਨੇ ਇਸ ਵਾਰ ਵੀ ਐਗਜ਼ਾਮ ਵਿੱਚ ਆਉਣ ਦੇ ਤਾਂ ਅਗਰੇ ਧਿਆਨ ਨਾਲ ਵੀਡੀਓ ਦੇਖ ਲਓ ਤੇ ਮੇਨ ਮੇਨ ਕੁਐਸਚਨ ਇਸ ਵਿੱਚ ਸਾਰੇ ਇਹ ਇੰਪੋਰਟੈਂਟ ਕੁਐਸਚਨ ਕਵਰ ਕੀਤੇ ਹੋਏ ਨੇ ਤੇ ਹੁਣ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਤਾਂ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਕੁਐਸਚਨ ਨੰਬਰ 1 ਦੀ ਗੱਲ ਕਰੀਏ ਫਾਈਂਡ ਦਾ ਸਨੋਨੀਮ ਵਰਡ ਕਿਹੜੇ ਦਾ ਸਨੋਨੀਮ ਆਪਾਂ ਫਾਈਂਡ ਕਰਨਾ ਸਰਵੇ ਦਾ ਸਨੋਨੀਮ ਫਾਈਂਡ ਕਰਨਾ ਸਰਵੇ ਮੈਨੇ ਕੀ ਹੁੰਦਾ ਸਭ ਤੋਂ ਪਹਿਲੇ ਇਹ ਜਾਣ ਲਓ ਸਰਵੇਖਣ ਹੁੰਦਾ ਹੈ ਕੋਈ ਵੀ ਸਰਵੇ ਬਾਰੇ ਨੋਲੇਜ ਆਪਾਂ ਨੂੰ ਹੋਣੀ ਚਾਹੀਦੀ ਹੈ ਜਿਹੜੇ ਵੀ ਵਰਡ ਦੀ ਆਪਾਂ ਨੂੰ ਪੁੱਛਿਆ ਜਾਵੇ ਕਿ ਇਸ ਦਾ ਸਨੋਨੀਮ ਪਤਾ ਕਰੋ ਤਾਂ ਉਸੇ ਆਪ ਨੂੰ ਪਹਿਲਾਂ ਵੀ ਵਾਰ ਹੋਈ ਇਸ ਦਾ मीनिंग ਪਤਾ ਹੋਣਾ ਚਾਹੀਦਾ ਤਾਂ ਸਰਵੇ ਦਾ ਜਿਹੜਾ ਸਨੋਨੀਮ ਹੈ ਮਤਲਬ ਸਮਾਨਾਰਥੀ ਵਰਡ ਆ ਉਹ ਐਗਜ਼ਾਮਿਨ ਮਤਲਬ ਕਿ ਸਮਾਨਾਰਥਾ ਨੇ ਤਿੰਨੇ অপਸ਼ਨ ਦਿੱਤੇ ਹੋਏ ਨੇ ਇਹਨਾਂ ਵਿੱਚੋਂ ਐਗਜ਼ਾਮਿਨ ਹੈ ਜਿਹੜਾ ਉਹ ਸਮਾਨ ਅਰਥ ਹੈ ਐਗਜ਼ਾਮਿਨ ਮੈਨੇ ਵੀ ਜਾਂਚ ਕਰਨਾ ਹੁੰਦਾ ਸਰਵੇਖਣ ਮਤਲਬ ਮੈਨੇ ਵੀ ਜਾਂਚ ਕਰਨਾ ਹੁੰਦਾ ਮਤਲਬ मीनिंग ਸੇਮ ਹੀ ਨੇ ਤੇ ਕੁਐਸਚਨ ਨੰਬਰ 2 ਦੀ ਗੱਲ ਕਰੀਏ ਫਾਈਂਡ ਦਾ ਸਨੋਨੀਮ ਵਰਡ ਆਫ ਟਰਸਟ ਟਰਸਟ ਮੈਨੇ ਕੀ ਹੁੰਦਾ ਦੋਸਤੋ ਉਂਿ ਵਿਸ਼ਵਾਸ ਕਰਨਾ ਹੁੰਦਾ ਤੇ ਇਦਰ ਆਪਸ਼ਨ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਬਲੀਫ ਮੈਨੇ ਵੀ ਵਿਸ਼ਵਾਸ ਕਰਨਾ ਹੁੰਦਾ ਤਾਂ ਸਨੋਨੀਮ ਮੀਨ ਇਹ ਸਮਾਨਾਰਥੀ ਹੋਗੇ ਦੋਨੇ ਤਾਂ ਇਸ ਦਾ ਟਰਸਟ ਦਾ ਜਿਹੜਾ ਸਮਾਨਾਰਥੀ ਰਹੇਗਾ ਉਹ ਬਲੀਫ ਰਹੇਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਪੁਆਇੰਟ ਨੰਬਰ 3 ਦੀ ਗੱਲ ਕਰੀਏ ਫਾਈਂਡ ਦਾ ਸਨੋਨੀਮ ਵਰਡ ਆਫ ਕੰਸਲਟ ਕੰਸਲਟ ਮੈਨੇ ਦੋਸਤੋ ਸਲਾਹ ਦੇਣਾ ਹੁੰਦਾ ਤੇ ਇਦਰ ਡਿਸਕਸ ਮੈਨੇ ਵੀ ਬਾਤਚਿੱਤ ਕਰਨਾ ਕੰਸਲਟ ਮੈਨੇ ਸਲਾਹ ਦੇਣਾ ਸਲਾਹ ਵੀ ਆਪਾਂ ਬਾਤਚਿੱਤ ਕਰਕੇ ਹੀ ਦੇਣੀ ਹੈ ਨਾ ਤਾਂ ਸੇਮਬੜ ਹੋ ਜਾਂਦਾ ਤਾਂ ਕੰਸਲਟ ਦਾ ਜਿਹੜਾ ਸਨੋਨੀਮ ਹੈ ਉਹ ਡਿਸਕਸ ਹੋਵੇਗਾ ਤੇ ਪੁਆਇੰਟ ਨੰਬਰ 4 ਦੀ ਗੱਲ ਕਰੀਏ ਫਾਈਂਡ ਦਾ ਸਨੋਨੀਮ ਵਰਡ ਆਫ ਸੁਪਰੀਮ ਸੁਪਰੀਮ ਮੈਨੇ ਕਿਹਾ ਨਾ ਦੋਸਤੋ ਸਰਬਉੱਤਮ ਸਭ ਸਭ ਤੋਂ ਮਤਲਬ ਕਿ ਉੱਤਮ ਤਾਂ ਇਸ ਦਾ ਜਿਹੜਾ ਸੁਪਰੀਮ ਦਾ ਸਨੋਨੀਮ ਵਰਡ ਰਹੇਗਾ ਉਹ ਹੈਡ ਰਹੇਗਾ ਤੇ ਹੈਡ ਮੈਨੇ ਵੀ ਉੱਤਮ ਹੁੰਦਾ ਜਾਂ ਉੱਚ ਹੁੰਦਾ ਤੇ ਦੋਸਤੋ ਕਾਫੀ ਇੰਪੋਰਟੈਂਟ ਪੁਆਇੰਂਟਸ ਨੇ ਹੈ ਐਗਜ਼ਾਮ ਵਿੱਚ ਡਾਇਰੈਕਟਲੀ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਜਰੂਰ ਦੇਖਣ ਨੂੰ ਮਿਲਣਗੇ ਤੇ ਹੋ ਸਕਦਾ ਹੈ ਕਿ ਇਸ ਵੀਡੀਓ ਵਿੱਚ ਦੋ ਜਾਂ ਤਿੰਨ ਕੁਐਸਚਨ ਤੁਹਾਨੂੰ ਸਨੋਨੀਮ ਤੇ ਐਟੋਨੀਮਸ ਰਿਗਾਰਡਿੰਗ ਦੇਖਣ ਨੂੰ ਮਿਲ ਜਾਣ। ਤਾਂ ਬਰ ਇੱਕ ਨਾਲ ਦੀ ਨਾਲ ਰਾਈਟ ਡਾਊਨ ਕਰ ਲਓ। ਤੇ ਇਸ ਤੋਂ ਬਾਅਦ ਆਪਾਂ ਪੁਆਇੰਟ ਨੰਬਰ 4 ਦੀ ਗੱਲ ਕਰੀਏ। ਫਾਈਂਡ ਦਾ ਸਨੋਨੀਮ ਵਰਡ ਆਫ ਪ੍ਰੋਟੈਸਟ। ਪ੍ਰੋਟੈਸਟ ਮੈਨੇ ਕੀ ਹੁੰਦਾ ਦੋਸਤੋ ਵਿਰੋਧ ਕਰਨਾ ਹੁੰਦਾ ਹੈ ਤੇ ਆਪੋਜ਼ ਮੈਨੇ ਵੀ ਵਿਰੋਧ ਕਰਨਾ ਹੁੰਦਾ ਹੈ। ਤਾਂ ਪ੍ਰੋਟੈਕਸਟ ਦਾ ਜਿਹੜਾ ਸਨੋਨੀਮ ਵਰਡ ਰਹੇਗਾ ਆਪਸ਼ਨ ਨੰਬਰ 4 ਹੈ ਆਪੋਜ਼ ਜਾਂ ਆਪੋਜ਼ਿਟ ਮੈਨੇ ਵਿਰੋਧ ਕਰਨਾ ਹੁੰਦਾ। ਪੁਆਇੰਟ ਨੰਬਰ 6 ਦੀ ਗੱਲ ਕਰੀਏ ਫਾਈਂਡ ਦਾ antonym word of conventional conventional ਮੈਨੇ ਦੋਸਤੋ ਰਵਾਇਤੀ ਹੁੰਦੀ ਆ ਆਪਾਂ ਹੁਣ ਆਪੋਜ਼ਿਟ ਵਰਡ ਫਾਇੰਡ ਕਰਨੇ ਨੇ ਮਤਲਬ conventional ਦਾ ਜਿਵੇਂ मीनिंग ਕੀ ਹੁੰਦਾ ਰਵਾਇਤੀ ਹੁੰਦਾ ਤੇ non traditional ਮੈਨੇ ਕੀ ਹੁੰਦਾ ਗੈਰ ਰਵਾਇਤੀ ਤਾਂ ਇਸਦੇ ਆਪੋਜ਼ਿਟ ਹੋ ਗਿਆ ਨਾ ਇਹ ਵਰਡ ਤਾਂ ਜਿਹੜਾ ਐਂਟੋਨਿਮ ਹੋਵੇਗਾ conventional ਦਾ ਇਹ non traditional ਹੋਵੇਗਾ ਇਸ ਤੋਂ ਬਾਅਦ ਪੁਆਇੰਟ ਨੰਬਰ 7 ਦੀ ਗੱਲ ਕਰੀਏ ਫਾਈਂਡ ਦਾ ਅਟੋਨੀਮ ਵਰਡ ਆਫ ਫੁੱਲਫਿਲਡ ਫੁੱਲਫਿਲਡ ਮੈਨੇ ਕਿਹਾਗਾ ਦੋਸਤੋ ਪੂਰਾ ਕੀਤਾ ਤੇ ਡਿਸ ਕੌਂਟੈਂਟਡ ਮੈਨੇ ਵੀ ਅਸੰਤੁਸ਼ਟ ਹੁੰਦਾ ਮਤਲਬ ਇਧਰ ਆਪਾਂ ਫੁੱਲਫਿਲ ਕਰਤਾ ਇਧਰ ਆਪਾਂ ਡਿਸਕਾਊਂਟਡ ਕਰਤਾ ਮਤਲਬ ਅਸੰਤੁਸ਼ਟ ਕਰਤਾ ਤਾਂ ਇਸ ਦਾ ਜਿਹੜਾ ਅਟੋਨੀਮ ਆਪੋਜ਼ਿਟ ਵਿਪਰੀਤ ਵਰਡ ਹੋਵੇਗਾ ਜਿਹੜਾ ਡਿਸਕਾਊਂਟਡ ਹੋਵੇਗਾ ਅਣ ਦੋਸਤ ਜੇ ਤੁਸੀਂ FCI ਅਤੇ SSB ਕਰ ਰਿਹਾ ਗਾਰਡਿੰਗ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਦਿੱਤਾ ਹੋਇਆ ਹੈ ਜਾ ਕੇ WhatsApp ਗਰੁੱਪ ਜੁਆਇਨ ਕਰ ਲਓ ਸਾਰੀ ਇਨਫਰਮੇਸ਼ਨ ਤੁਹਾਨੂੰ ਗਰੁੱਪ ਵਿੱਚ ਮਿਲਦੀ ਰਹੂਗੀ ਤੇ ਕੁਐਸਚਨ ਨੰਬਰ 8 ਦੀ ਗੱਲ ਕਰੀਏ ਫਾਈਂਡ ਦਾ ਅਟੋਨੀਅਮ ਵਰਡ ਆਫ ਡਿਲੇ ਡਿਲੇ ਮੈਨੇ ਦੇਰੀ ਹੁੰਦਾ ਤਾਂ ਇਸ ਦਾ ਵਿਪਰੀਤ ਸ਼ਬਦ ਕੀ ਹੋਵੇਗਾ ਹਰੀ ਜਲਦੀ ਕਰੋ ਤਾਂ ਕੁਐਸਚਨ ਨੰਬਰ 8 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ 3 ਹਰੀ ਇਸ ਤੋਂ ਬਾਅਦ ਪੁਆਇੰਟ ਨੰਬਰ 9 ਦੀ ਗੱਲ ਕਰੀਏ ਫਾਇੰਡਾ اٹੋਨੀਅਮ ਵਰਡ ਆਫ ਅਪਡੇਟ ਅਪਡੇਟ ਵੈਸੇ ਆਪਣੇ ਨਾਮ ਦੇ ਚੈਨਲ ਵਿੱਚ ਵੀ ਆਉਂਦਾ ਹੈ ਅਪਡੇਟ ਮੈਨੇ ਕੀ ਹੁੰਦਾ ਅਪਡੇਟ ਹੀ ਹੁੰਦਾ ਵੈਸੇ ਤਾਂ ਅਪਡੇਟ ਮਤਲਬ ਹੋਏ ਜਾਗਰੂਕ ਕਰਨਾ ਇਹ ਵੀ ਆਪਾਂ ਆਪਾਂ ਪੰਜਾਬੀ ਵਿੱਚ ਸੋਚ ਸਕਦੇ ਹਾਂ ਅਪਡੇਟ ਮੈਨੇ ਤਾਂ ਡੀਗ੍ਰੇਡ ਮੈਨੇ ਹੁੰਦਾ ਨੀਚਾ ਜਾਣਾ ਅਪਡੇਟ ਮੈਨੇ ਹਾਈ ਜਾਣਾ ਤੇ ਡੀਗ੍ਰੇਡ ਮੈਨੇ ਨੀਚਾ ਕਰਨਾ ਤਾਂ ਅਪਡੇਟ ਦਾ ਜਿਹੜਾ اٹੋਨੀਅਮ ਬਣ ਰਿਹਾ ਹੋਵੇਗਾ ਵਿਪਰੀਤ ਵਰਡ ਰਹੇਗਾ ਉਹ ਡੀਗ੍ਰੇਡ ਰਹੇਗਾ ਕਵੈਸਚਨ ਨੰਬਰ 10 ਦੀ ਗੱਲ ਕਰੀਏ ਫਾਇੰਡ ਦਾ ਆਟੋਨੀਮ ਵਰਡ ਆਫ ਪੇਲ ਪੇਲ ਮੇਂ ਦੋਸਤੋ ਕੀ ਹੁੰਦਾ ਫਿੱਕਾ ਫਿੱਕਾ ਜਿਵੇਂ ਫਿੱਕਾ ਰੰਗ ਹੁੰਦਾ ਨਾ ਉਸ ਤਰ੍ਹਾਂ ਫਿੱਕਾ ਹੁੰਦਾ ਏ ਤੇ ਕਲਰਫੁਲ ਮੈਨੇ ਕੀ ਹੋ ਗਿਆ ਰੰਗਦਾਰ ਤਾਂ ਪੇਲ ਦਾ ਆਪੋਜ਼ਿਟ ਜਿਹੜਾ ਆਟੋਨੀਮ ਬਣੇਗਾ ਉਹ ਕਲਰਫੁਲ ਬਣੇਗਾ ਕਵੈਸਚਨ ਨੰਬਰ 11 ਦੀ ਗੱਲ ਕਰੀਏ ਫਾਇੰਡ ਦਾ ਵਨ ਵਰਡ ਮਤਲਬ ਕਿ ਜਿਹੜਾ ਵੀ ਇੱਥੇ ਸੈਂਟੈਂਸ ਦਿੱਤਾ ਹੈ ਇਹਨਾਂ ਨੇ ਆਪਾਂ ਇੱਕ मीनिंग ਦੱਸਣਾ ਇਹਨਾਂ ਦਾ ਜਿਵੇਂ ਸਟੱਡੀ ਆਫ ਦਾ ਮੈਪ ਇਸ ਦਾ ਇੱਕ ਵਰਡ ਆਪਾਂ ਕਰਨਾ ਤਾਂ ਕਾਰਟੋਗ੍ਰਾਫੀ ਜਿਹੜੇ ਨਕਸ਼ੇ ਦਾ ਅਧਿਐਨ ਕਰਦੇ ਨੇ ਉਹਨਾਂ ਨੂੰ ਕਾਰਟੋਗ੍ਰਾਫਿਕ ਕਿਹਾ ਜਾਂਦਾ ਹੈ ਤੇ ਕੁਐਸਚਨ ਨੰਬਰ 12 ਦੀ ਗੱਲ ਕਰੀਏ ਫਾਈਂਡ ਦਾ ਵਨ ਵਰਡ ਇਨਡੂ ਲੈਗ ਵਿਦ ਐਵਰੀ ਅਟੈਂਸ਼ਨ comfort تے kindness تاں اسا ایک ورڈ جڑا ہوے گا پمپر پمپر میں نے لاڈ ਹੁੰਦਾ ਤੇ اٹینشن ਆਪਾਂ ਕਿਸੇ ਨੂੰ اٹینشن دینی ہے comfort ਵਿੱਚ ਰੱਖਦੇ ਆ ਤੇ ਉਸ ਪ੍ਰਤੀ ਆਪਾਂ ਦਿਆਲਪੂਰਵਕ ਸਵਾਪਨਾ ਰਹਿੰਦਾ ਹੈ ਤਾਂ ਇਸ ਦਾ ਮਤਲਬ ਵੀ ਲਾੜ ਹੀ ਹੁੰਦਾ ਹੈ ਨਾ ਤਿੰਨਾ ਵਰਡ ਦਾ ਮਤਲਬ ਲਾੜ ਹੀ ਹੁੰਦਾ ਪਰ ਲਾੜ ਲੜਾਉਂਦੇ ਆ ਤਾਂ ਪੰਪਰ ਦਾ मीनिंग ਸੇਮ ਹੈ ਜਿਹੜਾ ਲਾੜ ਹੈ ਇਸ ਦਾ ਜਿਹੜਾ 1 ਵਰਡ ਰਹੇਗਾ ਪੁਆਇੰਟ ਨੰਬਰ ਕੁਐਸਚਨ ਨੰਬਰ 13 ਦੀ ਗੱਲ ਕਰੀਏ ਫਾਈਂਡ ਦਾ 1 ਵਰਡ ਦਾ ਫਸਟ ਮਾਡਲ A ਨਿਊ ਡਿਵਾਈਸ ਇਸ ਨੂੰ ਆਪਾਂ ਇੱਕ ਵਰਡ ਵਿੱਚ ਸ਼ੋਅ ਕਰਨਾ ਹੈ ਤਾਂ ਪ੍ਰੋਟੋਟਾਈਪ ਹੀ ਇਸ ਨੂੰ ਕਿਹਾ ਜਾਂਦਾ ਹੈ ਮਤਲਬ ਕਿ ਸਿਰਫ ਪਹਿਲਾ ਮਾਡਲ ਆਇਆ ਹੋਵੇ ਜਿਵੇਂ Samsung ਦਾ ਕਿੰਨੇ ਮਾਡਲ ਆ ਜਾਂਦੇ ਨੇ ਹਨਾ ਗੈਲੈਕਸੀ ਆ ਗਿਆ ਉਸ ਤੋਂ ਬਾਅਦ ਹੋਰ ਆ ਗਿਆ ਹੋਰ ਆ ਗਿਆ S2 ਆ ਗਿਆ S3 ਬਣਨਾ ਹੈ ਜਿਹੜਾ ਪਹਿਲਾ ਮਾਡਲ ਬਣਿਆ ਹੁੰਦਾ ਉਸ ਨੂੰ ਆਪਾਂ ਪ੍ਰੋਟੋਟਾਈਪ ਕਿਹਾ ਜਾਂਦਾ ਹੈ ਤਾਂ ਇਸ ਦਾ 1 ਵਰਡ ਜਿਹੜਾ ਰਹੇਗਾ ਪ੍ਰੋਟੋਟਾਈਪ ਹੀ ਰਹੇਗਾ ਤੇ ਪੁਆਇੰਟ ਨੰਬਰ 14 ਦੀ ਗੱਲ ਕਰੀਏ ਫਾਈਂਡ ਦਾ 1 ਵਰਡ ਆਫ ਸਕੈਸ਼ਨ ਆਫ ਰੂਲਰਸ ਬਿਲੋਂਗਿੰਗ ਟੂ ਵਨ ਫੈਮਿਲੀ ਇਸ ਦਾ ਪੰਜਾਬੀ ਵਿੱਚ ਮਤਲਬ ਸਮਝੀਏ ਤਾਂ ਪੀੜੀ ਦਰ ਪੀੜੀ ਰਾਜ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਾਂ ਵਨ ਵਰਡ ਵਿੱਚ ਇਸ ਨੂੰ ਕਨਫਰਮ ਕਰੀਏ ਤਾਂ ਡੈਂਸਿਟੀ ਇਸ ਨੂੰ ਕਿਹਾ ਜਾਂਦਾ ਹੈ ਮਤਲਬ ਰਾਜਵੰਸ਼ ਡੈਂਸਿਟੀ ਮੈਨੇ ਵੀ ਰਾਜਵੰਸ਼ ਹੁੰਦਾ ਤੇ ਉਸ ਦਾ मीनिंग ਵੀ ਇਹੀ ਸੀ ਤੇ ਕੁਐਸਚਨ ਨੰਬਰ 15 ਦੀ ਗੱਲ ਕਰੀਏ ਫਾਈਂਡ ਦਾ ਵਨ ਵਰਡ ਐਨ ਆਰਟ ਆਫ ਜੈਂਡਰ ਕਲਟੀਵੇਸ਼ਨ ਤਾਂ ਕਲਟੀਵੇਸ਼ਨ ਮੈਨੇ ਆਪਾਂ ਕਲਚਰ ਨਾਲ ਇਹ ਰਿਲੇਟ ਕਰ ਲਈਆਂ ਤਾਂ ਉਸੇ ਤਰ੍ਹਾਂ ਕਲਚਰ ਨਾਲ ਰਿਲੇਟ ਕਰਕੇ ਆਪਾਂ ਹਾਰਟਿਕਲਚਰ ਜਿਹੜਾ ਸੇਮ ਵਰਡ ਹੋਊਗਾ ਇਸੇ ਤਰ੍ਹਾਂ ਆਪਾਂ ਸੂੰ ਮਾਈਂਡ ਵਿੱਚ ਯਾਦ ਰੱਖ ਸਕਦੇ ਹਾਂ ਹਾਰਟਿਕਲਚਰ ਮੈਨੇ ਵੀ ਬਾਗਬਾਨੀ ਹੁੰਦੀ ਹੈ ਤੇ ਐਨ ਆਰਟ ਆਫ ਗਾਰਡਨ ਕਲਟੀਵੇਸ਼ਨ ਮੈਨੇ ਵੀ ਜਿਹੜਾ ਕਿ ਬਾਗਬਾਨੀ ਇਜ਼ ਅ ਇੱਕ ਵਰਡ ਪੁਆਇੰਟ ਨੰਬਰ 3 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਉਕੇ ਦੋਸਤੋ ਇਹ ਸੀ ਮੋਸਟ ਐਕਸਪੈਕਟਡ ਕੁਐਸਚਨ ਜਿਹੜੇ ਇਹ ਮੈਂ ਤੁਹਾਨੂੰ ਕਰਾਏ ਨੇ ਤੇ ਰਾਈਟ ਡਾਉਨ ਆਈ ਹੋਪ ਤੁਸੀਂ ਜ਼ਰੂਰ ਕਰ ਲਏ ਹੋਣਗੇ ਤੇ ਬਾਕੀ ਦੇ 30 35 ਹੋਰ ਕੁਐਸਚਨ ਨੇ ਜਿਹੜੇ ਐਗਜ਼ਾਮ ਵਿੱਚ ਆਉਣ ਦੇ ਪੂਰੇ ਚਾਂਸ ਨੇ ਉਹ ਤੁਹਾਨੂੰ ਮੈਂ ਨੈਕਸਟ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਦੇਗਾ ਉਦੋਂ ਤੱਕ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ